ਬਿਸਮਿਲ੍ਲਾਹਿਰਰਹਿਮਾਨਿਰਰਹੀਮ ਜੀ ਮੇਰੇ ਬਜ਼ੁਰਗ ਭਾਈ ਬੇਟੇ ਸਭ ਨੂੰ ਅਸਲਾਮ ਅਲੈਕੁਮ ਵਾਲੇਕੁਮ ਅੱਛਾ ਦੋ ਚਾਰ ਗੱਲਾਂ ਨੇ ਬੜੀਆਂ ਮੁਖਤਸਰ ਮੈਂ ਕਰਾਂ ਚਾਚਾ ਜੀ ਪਹਿਲੀ ਗੱਲ ਹੈ ਕਿ ਹਰ ਇੱਕ ਬੰਦਾ ਜਿਹੜਾ ਪਾਰਟੀ ਨੂੰ ਵੋਟ ਪਾਏ ਵੋਟਰ ਸਪੋਰਟਰ ਅਸਲ ਚੌਧਰੀ ਹੈ ਉਹ ਠੀਕ ਹੈ ਇਹ ਆਵਾਮ ਤੁਸੀਂ ਸਾਰੇ ਬੈਠੇ ਹੋ ਨਾ ਤੁਸੀਂ ਇੱਕ ਬੰਦਾ ਮੁਨਤਖਬ ਕਰ ਲਓ ਨਾ ਇਕੱਠੇ ਹੋ ਕੇ ਇਹ ਬੱਚਿਆਂ ਨੂੰ ਲੈ ਲਓ ਹਰ ਸ਼ਾਦੀ ਚ ਆਉਂਦੇ ਸਨ ਇਹ ਮੰਨਦੇ ਹੋ ਆਵਾਮ ਨਾਲ ਰਾਬਤਾ ਸੀ ਜੇ ਤੁਸੀਂ ਕੋਈ ਸ਼ਾਹ ਸਾਹਿਬ ਆਉਂਦੇ ਨਹੀਂ ਇਹ ਮੈਂ ਮੰਨਾਂਗੀ ਉਹ ਰੂਹ ਸਨ ਜਦੋਂ ਮੈਂ ਕੰਪੇਨ ਸ਼ੁਰੂ ਕੀਤੀ ਸੀ ਨਾ 1 ਜਨਵਰੀ ਨੂੰ 5 ਦਿਨ ਜਿੱਥੇ ਜਿੱਥੇ ਮੈਂ ਗਈ ਸਾਂ ਕੈਂਸਲ ਇੱਥੇ ਹੀ ਹੋ ਕੇ ਗਏ ਨੇ ਗੱਲ ਆਵਾਮੀ ਰਾਬਤਾ ਜੇ ਤੁਹਾਨੂੰ MNA MP ਮਿਲੇ ਨਾ ਤੇ ਚੀਕਾਂ ਉਦੋਂ ਨਿਕਲਦੀਆਂ ਨੇ ਮੱਲੀ ਨੂੰ ਕਿਉਂ ਨਹੀਂ ਪਸੰਦ ਕਰਦੇ ਹੋ ਲਾਹੌਰ ਆਉਂਦਾ ਖੁਸ਼ੀ ਗਮੀ ਚ ਨਹੀਂ ਆਉਂਦਾ ਕੰਮ ਤੇ ਕਰਨ ਆਉਂਦਾ ਪਾਰਟੀ ਵਜ਼ੀਰੇ ਆਜ਼ਮ ਨੇ ਜਿਹੜਾ ਸਾਡਾ ਲੀਡਰ ਹੈ ਉਹਨੇ ਕਰਵਾਉਣਾ ਤੇ ਅਸੀਂ ਕਰਨਾ ਸ਼ਾਹ ਸਾਹਿਬ ਨੇ ਕੰਮ ਕਰਾਏ ਨੇ ਨਾ ਵੋਟਰ ਨੇ ਤੁਹਾਡੇ ਕੋਲੋਂ ਲੰਘਦੀ ਹੈ ਤੁਹਾਡਾ ਇੰਟਰਚੇਂਜ ਵੀ ਹੈ ਸ਼ਾਹ ਸਾਹਿਬ ਦਾ ਹੀ ਸ਼ਾਹ ਸਾਹਿਬ ਨੇ ਕੰਮ ਕਰਵਾਏ ਅਜ਼ਮਾ ਲਿਆ ਤੁਸੀਂ ਉਹਨਾਂ ਨੂੰ ਇੱਕ ਸ਼ਖਸ ਨੇ ਕਰੋਨਾ ਦਾ ਵੀ ਲਿਹਾਜ਼ ਨਹੀਂ ਕੀਤਾ ਆਪਣੀ ਜਾਨ ਦਾ ਨਹੀਂ ਉਹਨਾਂ ਨੇ ਵੇਖਿਆ ਮੈਂ ਮਨਾ ਕਰਨੀ ਸਾਂ ਮੈਂ ਕਿਹਾ ਤੁਸੀਂ ਹਾਰਟ ਪੇਸ਼ੈਂਟ ਹੋ ਨਾ ਬਾਹਰ ਜਾਇਆ ਕਰੋ ਤੁਹਾਨੂੰ ਖਤਰਾ ਬਹੁਤ ਹੈ ਯਕੀਨ ਕਰੋ ਵਾਪਸ ਲੌਟਣਾ ਉਹਨਾਂ ਦੇ ਅਲਫਾਜ਼ ਸਨ ਨਹੀਂ ਬੇਟਾ ਆਵਾਮ ਨੂੰ ਇਸ ਮੁਸ਼ਕਿਲ ਵਕਤ 'ਚ ਮੈਂ ਨਹੀਂ ਛੱਡ ਸਕਦਾ ਮੈਂ ਜਨਾਜ਼ੇ ਪੜ੍ਹਨੇ ਨੇ ਮੈਂ ਜਾਣਾ ਕੁਛ ਕਰ ਲਓ ਮੇਰੀ ਲੜਾਈ ਹੁੰਦੀ ਸੀ ਫੋਨ 'ਤੇ ਬਾਕਾਇਦਾ ਕਿ ਨਾ ਜਾਇਆ ਕਰੋ ਫਿਰ ਵੀ ਉਹ ਪਹੁੰਚੇ ਆਵਾਮ ਦਾ ਉਹ ਪਿਆਰ ਸੀ ਉਹ ਰੱਦੇ ਅਮਰ ਕਿ ਜਿਸ ਦਿਨ ਉਹਨਾਂ ਦਾ ਜਨਾਜ਼ਾ ਸੀ ਨਾ ਇੰਨਾ ਵੱਡਾ ਜਨਾਜ਼ਾ ਪੂਰੀ ਡਿਸਟ੍ਰਿਕਟ 'ਚ ਨਹੀਂ ਹੋਇਆ ਜਿਹੜਾ ਲੋਕੀ ਫਿਰ ਚਾਹ ਸਾਹਿਬ ਦੇ ਪਿੱਛੇ ਆਏ ਜਨਾਜ਼ੇ ਵਾਸਤੇ ਉਹਨਾਂ ਨੇ ਉਹ ਪਿਆਰ ਲੁਟਾ ਦਿੱਤਾ ਤਾਲੀ ਜੀ ਦੋ ਹੱਥ ਨਾਲ ਵੱਜੀ ਅੱਜ ਤੁਹਾਡਾ ਐਤਬਾਰ ਤੁਹਾਡਾ ਹੌਸਲਾ ਮੈਨੂੰ ਉਹ ਤਾਕਤ ਦੇਗਾ ਕਿ ਮੈਂ ਕੰਮ ਹੀ ਕਰਾਂ ਮੈਂ ਇੱਥੇ ਆਵਾਂ ਵੀ ਆ ਕੇ ਤੁਹਾਡੇ ਨਾਲ ਗਿਲੇ ਸਿੱਖਦੇ ਵੀ ਨੇ ਉਹ ਵੀ ਸੁਣਾ ਆਪਣੀ ਤਕਲੀਫਾਂ ਵੀ ਦੱਸਾਂ ਤੁਹਾਡੇ ਮਸਲੇ ਵੀ ਸੁਣਾ